ਪਿੰਡ ਚੱਕੀ ਵਿਖੇ ਇੰਟਰਨੈਸ਼ਨਲ ਸੰਤ ਸਮਾਜ ਸੇਵਾਦਲ ਵੱਲੋਂ ਇੱਕ ਵਿਸ਼ੇਸ਼ ਤੌਰ ਤੇ ਮੀਟਿੰਗ ਰੱਖੀ ਗਈ ਜਿਸ ਵਿੱਚ ਉਹਨਾਂ ਦੁਆਰਾ ਸਮਾਜ ਨੂੰ 1 ਅਗਸਤ ਤੈ ਗੁਲਕਾਬਾਦ ਤੋਂ ਦਿੱਲੀ ਪਹੁੰਚਣ ਲਈ ਅਪੀਲ ਕੀਤੀ ਗਈ ਅਤੇ ਉਹਨਾਂ ਦੁਆਰਾ ਦਿੱਲੀ ਵਿੱਚ ਸੰਗਤਾਂ ਲਈ ਲੰਗਰਾਂ ਦੀ ਸੇਵਾ ਕੀਤੀ ਜਾਵੇਗੀ ਨਿਊ ਚੈਨਲ ਦੇਖਦੇ ਸਾਰੇ ਦਸਕਿਆਂ ਦਾ ਤੈਦਲੋਂ ਧੰਨਵਾਦ ਸਵਾਗਤ ਹੈ ਜੀ ਅੰਬੇਡਕਰ ਮਿਸ਼ਨ ਨਿਊ ਚੈਨਲ ਹਿੰਮਤ ਸੱਚ ਦਿਖਾਉਣ ਦੀ ਅੱਜ ਅਸੀਂ ਪਹੁੰਚੇ ਹਾਂ ਪਿੰਡ ਚੱਕੀ ਵਿਖੇ ਜਿੱਥੇ ਕਿ ਸ਼੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਵੱਲੋਂ ਇਕੱਠ ਕੀਤਾ ਗਿਆ ਤਾਂ ਉਸ ਇਕੱਠ ਦੇ ਵਿੱਚ ਕੀ ਮਤੇ ਪਾਸ ਕੀਤੇ ਗਏ ਪਿਛਲੇ ਦਿਨੀ ਜੋ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਗੁਰੂ ਘਰ ਸੀ ਦਿੱਲੀ ਵਿਖੇ ਤੁਗਲਕਾਬਾਦ ਵਿਖੇ ਉਹ ਸੈਂਟਰ ਸਰਕਾਰ ਦੁਆਰਾ ਢਾਇਆ ਗਿਆ ਸੀ ਤਾਂ ਸਾਡੇ ਨਾਲ ਇੰਟਰਨੈਸ਼ਨਲ ਸੰਤ ਸਮਾਜ ਸੇਵਾਦਾਰ ਦੇ ਇਹ ਜਨਰਲ ਸੈਕਟਰੀ ਜੀ ਵੀ ਜੁੜੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਉਹ ਇਸ ਵਿਸ਼ੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਸਰ ਹਾਂਜੀ ਜੈ ਗੁਰਦੇਵ ਧੰਨ ਗੁਰਦੇਵ ਜੋ ਕਿ ਪਿਛਲੇ ਦੌਰਾਨ ਦਿੱਲੀ ਦੀਆਂ ਸਰਕਾਰਾਂ ਨੇ ਸਾਡੇ ਹਿਰਦੇ ਬਲੁੰਦਰੇ ਨੇ ਤੇ ਆਪ ਸਾਰੇ ਜਾਣਦੇ ਹੋ ਅੱਜ ਇਹ ਮਿਸ਼ਨ ਤੇ ਸਨੇਹਾ ਗੁਰੂ ਰਵਿਦਾਸ ਮਹਾਰਾਜ ਦਾ ਅਸੀਂ ਘਰ ਘਰ ਪਹੁੰਚਾਉਣ ਲਈ ਪਿੰਡ ਚੱਕੀ ਦੇ ਵਿੱਚ ਇਕੱਠੇ ਹੋਏ ਆਂ ਜੋ ਕਿ ਦਿੱਲੀ ਸਰਕਾਰ ਦੇ ਪਿਛਲੇ ਦੌਰਾਨ ਸ੍ਰੀ ਗੁਰੂ ਰਵੀਦਾਸ ਮਹਾਰਾਜਿਆਂ ਦੇ ਮੰਦਰ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਗਈ ਆ ਸਜਣੋ ਔਰ ਪਿਛਲਾ ਸਮਾਂ ਲੰਘਿਆ ਪੰਜਾਬ ਦੀ ਧਰਤੀ ਤੇ ਇੱਕ ਸਾਲ ਗੁਰੂ ਸਾਹਿਬ ਦੀ ਵਿਅਦਬੀ ਹੋਈ ਆ ਔਰ ਅਜੇ ਸਾਡੇ ਜਕਮ ਜਿਹੜੇ ਦਿੱਤੇ ਹੋਏ ਸੇ ਅੱਲੇ ਪਏ ਨੇ ਪਰ ਦਿੱਲੀ ਸਰਕਾਰ ਨੇ ਫੇਰ ਸਾਡੇ ਹਿਰਦੇ ਦੁਆਰਾ ਬਲੁੰਦਰ ਦਿੱਤੇ ਨੇ ਔਰ ਗੁਰੂ ਰਵੀਦਾਸ ਮਹਾਰਾਜਿਆਂ ਦੇ ਮਿਸ਼ਨ ਨੂੰ ਲੈ ਕੇ ਅੱਜ ਅਸੀਂ ਚੱਕੀ ਪਿੰਡ ਦੇ ਵਿੱਚ ਇਕੱਠੇ ਹੋਏ ਆ ਇੱਕੋ ਇੱਕ ਮਿਸ਼ਨ ਆ ਆਉਣ ਵਾਲੀ 21 ਤਰੀਕ ਨੂੰ ਜੋ ਕਿ ਦਿੱਲੀ ਦੀ ਧਰਤੀ ਜੰਤਰ ਮੰਤਰ ਤੇ ਆਪਾਂ ਘਰਾਓ ਕਰਨਾ ਏ ਬੋਲੀਆਂ ਸਰਕਾਰਾਂ ਤੇ ਅੰਨੀਆਂ ਸਰਕਾਰਾਂ ਨੂੰ ਆਪਾਂ ਜਗਾ ਸਕੀਏ ਕਿ ਗੁਰੂ ਰਵੀਦਾਸ ਮਹਾਰਾਜ ਜੀਆਂ ਦੇ ਧੀ ਪੁੱਤਰ ਜੇ ਜਾਗਦੇ ਨੇ ਮਰੇ ਨਹੀਂ ਸਾਡੀ ਸਾਰਿਆਂ ਦੀ ਜ਼ਮੀਰ ਜਾਗਦੀ ਆ ਜਿਨ੍ਹਾਂ ਜਿਨ੍ਹਾਂ ਦੀ ਜ਼ਮੀਰ ਜਾਗਦੀ ਆ ਔਰ ਇੰਟਰਨੈਸ਼ਨਲ ਸੰਸਮਾਜ ਵੱਲੋਂ ਬੇਨਤੀ ਆ ਜਿਨ੍ਹਾਂ ਦੀ ਜ਼ਮੀਰ ਜਾਗਦੀ ਆ 21 ਤਰੀਕ ਨੂੰ ਦਿੱਲੀ ਦੀ ਧਰਤੀ ਤੇ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨ ਜੀ ਤੇ ਸਾਡੇ ਨਾਲ ਗੁਰਵਿੰਦਰ ਸਿੰਘ ਜੀ ਮਾਛੀਵਾੜਾ ਸਾਹਿਬ ਤੋਂ ਵੀ ਬਾਬਾ ਜੀ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤਾਂ ਉਹ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਜੈ ਗੁਰਦੇਵ ਤੁਹਾਨੂੰ ਗੁਰਦੇਵ ਮੇਰੇ ਤੋਂ ਪਹਿਲਾਂ ਬਾਬਾ ਜਸਵੀਰ ਸਿੰਘ ਜੀ ਜੋ ਸਮਾਜ ਸੇਵਾ ਸੰਤ ਦਲ ਦੇ ਜਨਰਲ ਸਕੱਤਰ ਨੇ ਉਹਨਾਂ ਨੇ ਦੱਸਿਆ 21 ਤਰੀਕ ਨੂੰ ਆਪਾਂ ਉੱਥੇ ਜਾਣਾ ਬੇਨਤੀ ਨਾਲ ਇਹ ਸੰਗਤਾਂ ਨੂੰ ਹੈ ਵੀ 20 ਤਰੀਕ ਨੂੰ ਆਪਾਂ ਇੱਥੋਂ ਰਵਾਨਾ ਹੋਣਾ ਲੰਗਰ ਲੈ ਕੇ ਬੱਦ ਤੋਂ ਬੱਦ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਆਪਾਂ ਲੰਗਰ ਦੇ ਵਿੱਚ ਹਿੱਸਾ ਪਾਉਣਾ ਕਿਉਂਕਿ 21 ਤਰੀਕ ਨੂੰ ਬਹੁਤ ਵੱਡਾ ਇੱਕ ਇਕੱਠ ਹੋਣਾ ਹੈ ਕੋਈ 50000 ਜਾਂ ਕੋਈ ਲੱਖ ਜਾਂ ਕੋਈ ਡੇਢ ਲੱਖ ਦਾ ਨਾਂ ਆਪਾਂ ਮੰਨੀਏ ਬੱਦ ਤੋਂ ਬੱਦ ਸੰਗਤਾਂ ਮੰਨੀਏ ਜਿੰਨੀ ਕਾ ਆਪਾਂ ਸੇਵਾ ਕਰ ਸਕੀਏ ਕਿਉਂਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਮਿਸ਼ਨ ਹੈ ਆਪਾਂ ਆਪਣੀਆਂ ਸੰਗਤਾਂ ਲਈ ਜਾ ਕੇ ਉਪਰਾਲਾ ਕਰਨਾ ਆਪਾਂ ਨਹੀਂ ਕਰਾਂਗੇ ਤਾਂ ਹੋਰ ਕਰੂ ਕੌਣ ਉਪਰਾਲਾ ਕਰਨਾ ਸਾਡੇ ਨਾਲ ਟਾਈਗਰ ਫੋਰਸ ਸਮਰਾਲਾ ਹਲਕਾ ਸਾਨੇ ਵਾਲ ਹਲਕਾ ਲੁਧਿਆਣਾ ਸਰਦਾਰ ਧਰਨਪਾਲ ਸਿੰਘ ਜੀ ਸਾਰੇ ਨੌਜਵਾਨ ਇਲਾਕੇ ਦੇ ਵੱਧ ਚੜ ਕੇ ਆਪਾਂ ਉਪਰਾਲਾ ਕਰਨਾ ਇਹੋ ਮੇਰੀ ਬੇਨਤੀ ਹੈ ਸਮੂਹ ਸੰਗਤ ਸਾਡੇ ਨਾਲ ਬੇਗੰਪੂਰਾ ਟਾਈਗਰ ਫੋਰਸ ਦੇ ਪ੍ਰੈਜ਼ੀਡੈਂਟ ਲੁਧਿਆਣਾ ਤੋਂ ਮੌਜੂਦ ਨੇ ਤਾਂ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੋ ਦਿੱਲੀ ਦੇ ਵਿੱਚ ਤੁਗਲਕਾਬਾਦ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰੂ ਘਰ ਸਿਟਾਇਆ ਗਿਆ ਤਾਂ ਉਹਦੇ ਬਾਰੇ ਧਰਮਪਾਲ ਜੀ ਕੀ ਕਹਿੰ ਰਹੇ ਨੇ ਹਾਂਜੀ ਹਾਂਜੀ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਮੈਂ ਧਰਮਪਾਲ ਡਿਸਟ੍ਰਿਕਟ ਲੁਧਿਆਣਾ ਪ੍ਰੈਜ਼ੀਡੈਂਟ ਬੇਗੰਪੂਰਾ ਟਾਈਗਰ ਫੋਰਸ ਸੋ ਅੱਜ ਅਸੀਂ ਪਿੰਡ ਚੱਕੀ ਦੇ ਵਿੱਚ ਜੋ ਸਤਗੁਰੂ ਰਵਿਦਾਸ ਮਹਾਰਾਜ ਦੇ ਦਿੱਲੀ ਦੇ ਵਿੱਚ ਇਹਨਾਂ ਜ਼ਾਲਮ ਸਰਕਾਰਾਂ ਨੇ ਬੇਅਦਬੀ ਕੀਤੀ ਹੈ ਉਸ ਦੇ ਸਬੰਧ ਵਿੱਚ ਇਕੱਠੇ ਹੋਏ ਹਾਂ ਅਤੇ 21 ਤਰੀਕ ਨੂੰ ਆ ਅਸੀਂ ਦਿੱਲੀ ਕੂਚ ਕਰਾਂਗੇ ਵੱਧ ਤੋਂ ਵੱਧ ਸੰਗਤ ਲੈ ਕੇ ਦਿੱਲੀ ਪਹੁੰਚਾਂਗੇ ਅਤੇ ਇਸ ਜ਼ਾਲਮ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣ ਲਈ ਅਸੀਂ ਹਰ ਵਕਤ ਤਿਆਰ ਪਰ ਤਿਆਰ ਬੈਠੇ ਹਾਂ ਅਤੇ ਨਾਲ ਅਸੀਂ ਸਾਡੇ ਨਾਲ ਇੰਟਰਨੈਸ਼ਨਲ ਸਮਾਜ ਸੇਵਾ ਦਲ ਉਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਆ ਜੋ ਸਾਡੇ ਨਾਲ ਉੱਥੇ ਲੰਗਰ ਦੀ ਵਿਵਸਥਾ ਵੀ ਕਰਨਗੇ ਅਤੇ ਵੱਧ ਤੋਂ ਵੱਧ ਸੰਗਤ ਲੈ ਕੇ ਅਸੀਂ ਦਿੱਲੀ ਨੂੰ ਕੋਚ ਕਰਾਂਗੇ ਇਹਨਾਂ ਕੁਝ ਕਹਿੰਦਾ ਹੋਇਆ ਜੈਪੀ ਜੈ ਭਾਰਤ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਦੀ ਟੀਮ ਅੱਜ ਚੱਕੀਪੈਂਡ ਪਹੁੰਚੀ ਹੈ ਕੀ ਕਹਿਣਾ ਚਾਹੋਗੇ ਹਾਂਜੀ ਅਸੀਂ ਅ ਇਸ ਨਿਊਜ਼ ਚੈਨਲ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਹਿੰਮਤ ਸੱਚ ਦਿਖਾਉਣ ਦੀ ਰੱਖਦਾ ਸੋ ਹਮੇਸ਼ਾ ਹੀ ਜੋ ਸਮਾਜ ਪ੍ਰਤੀ ਨਿਊਜ਼ਾਂ ਨੇ ਉਹ ਇਹ ਵੱਧ ਤੋਂ ਵੱਧ ਸਾਡੇ ਸਮਾਜਾਂ ਤੱਕ ਘਰ-ਘਰ ਤੱਕ ਪਹੁੰਚਾਉਂਦੇ ਨੇ ਬਾਕੀ ਤਾਂ ਜਿਹੜੇ ਨਿਊਜ਼ ਚੈਨਲ ਆ ਉਹ ਬਿਕਾਊ ਨੇ ਅੱਜ ਵੀ ਦੇਖ ਲਓ ਜੋ ਨਿਊਜ਼ਾਂ ਪਹਿਲਾਂ ਲੱਗਦੀਆਂ ਨੇ ਉਹ ਸਰਕਾਰ ਨਾਲ ਨੇ ਸਾਰੇ ਚੈਨਲ ਪਹਿਲਾਂ ਖਰੀਦਲੇ ਸੀ ਇਸ ਕਰਕੇ ਅਸੀਂ ਨਿਊਜ਼ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਕਰ ਕਰ ਤੱਕ ਇਹ ਮਿਸ਼ਨ ਸਾਡਾ ਪਚਾਰੇ ਨੇ ਇਹਨਾਂ ਦਾ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਜੀ